ਜਨਵਰੀ 2023 ਦਾ ਇਨਟੇਕ ਬੜਾ ਕ੍ਰੂਸ਼ਲ ਇਨਟੇਕ ਯੂਕੇ ਜਾਵੜੇ ਬੱਚਾਂ ਤੇ ਕਿਉਂ ਇਨ ਕ੍ਰੂਸ਼ਲ ਆ ਕਿਉਂਕਿ ਜਨਵਰੀ 2023 ਚੜ੍ਹਨ ਤੋਂ ਪਹਿਲਾਂ ਪਹਿਲਾਂ ਫਿਰ ਕੋਈ ਨਾ ਕੋਈ ਪੰਜਾਬ ਹਰਿਆਣਾ ਹਿਮਾਚਲ ਯਾਨਕਿ ਨਾਰਥ ਰੀਜਨ ਦੇ ਬੱਚੇ ਨੂੰ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲ ਜਾਣੀ ਹੈ ਬੋਤਿਆਂ ਲਈ ਉਹ ਖਬਰ ਦੁਖਦਾਇਕ ਹੋਏਗੀ ਤੇ ਕਈਆਂ ਲਈ ਸ਼ਾਇਦ ਸੁਖਦਾਇਕ ਹੋਏਗੀ ਭੁੱਲ ਕੇ ਵੀ ਕਦੇ ਯੂਕੇ ਦੀ ਐਪਲੀਕੇਸ਼ਨ ਅਪਲਾਈ ਨਾ ਕਰਿਓ ਅਗਰ ਅੰਗਰੇਜ਼ੀ ਬੋਲਣ ਤੋਂ ਪੜਨ ਤੋਂ ਸੁਣਨ ਤੋਂ ਸਮਝਣ ਤੋਂ ਡਰਦਿਓ ਕਿਉਂਕਿ ਉੱਥੇ ਕੋਈ ਪੰਜਾਬੀ ਮੀਡੀਅਮ ਨਹੀਂ ਚਲਣਾ ਯੂਕੇ ਚ ਕੋਈ ਹਿੰਦੀ ਮੀਡੀਅਮ ਨਹੀਂ ਚੱਲਣਾ ਅੰਗਰੇਜ਼ੀ ਚ ਪੜਨਾ ਪੜਾ ਅੰਗਰੇਜ਼ੀ ਚ ਰਹਿਣਾ ਅੰਗਰੇਜ਼ੀ ਚ ਖਾਣਾ ਅੰਗਰੇਜ਼ੀ ਚ ਪੋਣਾ ਔਰ ਅੰਗਰੇਜ਼ੀ ਦੀ ਜੌਬ ਕਰਨੀ ਕੰਮ ਕਰਨੀ ਜੋ ਤੇ ਉਹ ਪਾਰਟ ਟਾਈਮ ਕੰਮ ਕਰਨ ਦੀ ਪਰਮਿਸ਼ਨ ਹੈ ਸਸਿਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਸ਼ਾਨ ਰਾਹੀ ਆਰਐਸ ਗਲੋਬ ਇਮੀਗ੍ਰੇਸ਼ਨ ਦੇਸ਼ YouTube ਚੈਨਲ ਦੇ ਮਾਧਮ ਰਾਹੀਂ ਯੂਕੇ ਦਾ ਸੁਨੇਹਾ ਦੇਣ ਚੱਲੇ ਆ ਉਹਨਾਂ ਬੱਚਿਆਂ ਦੇ ਲਈ ਜਿਹੜੇ ਪੰਜਾਬ ਤੋਂ ਜਨਕਿ ਯੂਕੇ ਜਾਣਾ ਚਾਹੁੰਦੇ ਨੇ ਤਕਰੀਬਨ ਪੰਜਾਬ ਤੋਂ ਇੰਗਲੈਂਡ ਦਾ ਜਿਹੜਾ ਸਫ਼ਰ ਹੈ 6.5000 ਕਿਲੋਮੀਟਰ ਦਾ ਬਟ ਇਹ 6.5000 ਕਿਲੋਮੀਟਰ ਦਾ ਸਫ਼ਰ ਤੁਸੀਂ ਔਖੇ ਤਰੀਕੇ ਤੈਅ ਕਰਨਾ ਜਾਂ ਖੱਜਲਖਵਰੀ ਨਾਲ ਤੈਅ ਕਰਨਾ ਇਹ ਤੁਹਾਡਾ ਆਪਣਾ ਫੈਸਲਾ ਤੁਹਾਡੇ ਆਪਣੇ ਫੈਸਲੇ ਡਿਪੈਂਡ ਕਰਦਾ ਅੱਜ ਡਿਜੀਟਲ ਮੀਡੀਆ ਜ਼ਮਾਨਾ YouTube Instagram Facebook ਤੇ ਮਸ਼ਹੂਰੀਆਂ ਭਰੀਆਂ ਪਈਆਂ ਨੇ ਐਡਵਰਟਾਈਜ਼ਮੈਂਟ ਦਾ ਪੂਰਾ ਦੌਰ ਦੱਬ ਕੇ ਚੱਲ ਰਿਹਾ ਹਰ ਇੱਕ ਬੰਦਾ ਦੂਜੇ ਨੂੰ ਨੀਵਾ ਦਿਖਾ ਕੇ ਆਪਣੇ ਆਪ ਨੂੰ ਪਰਫੈਕਟ ਦੱਸਣ ਦੀ ਕੋਸ਼ਿਸ਼ ਕਰਦਾ ਖਰੇ ਯੂਕੇ ਸਰਕਾਰ ਜੇਬ ਚੀ ਪਾ ਕੇ ਬੈਠਾ ਕਰੇ ਯੂਕੇ ਦੀਆਂ ਯੂਨੀਵਰਸਿਟੀਆਂ ਆਪਣੇ ਝੋੜੇ ਚ ਪਾ ਕੇ ਬੈਠਾ ਸਚਾਈ ਕੋਹਾਂ ਦੂਰ ਹੁੰਦੀ ਆ ਮੈਂ ਕਾਮਰਸ ਬੈਕਗ੍ਰਾਉਂਡ ਤੋਂ ਪੜਿਆ ਐਂਡ ਮੀਡੀਆ ਨਾਲ ਵੀ ਜੁੜਿਆ ਰਿਹਾ ਸੋ ਜਿਹੜੀ ਐਡਵਰਟਾਈਜ਼ਮੈਂਟ ਹੈ ਨਾ ਉਹਦਾ ਪਰਪਸ ਹੀ ਹੁੰਦਾ ਕੁਝ ਦਿਖਾਓ ਕੁਝ ਛੁਪਾਓ ਜਿਹੜੀ ਚੀਜ਼ ਦਿਖਾਉਣ ਵਾਲੀ ਹੈ ਉਹ ਦਿਖਾਈ ਜਾਂਦੀ ਜਿਹੜੀ ਚ ਨਹੀਂ ਦਿਖਾਉਣ ਵਾਲੀ ਉਹ ਕਦੀ ਨਹੀਂ ਦਿਖਾਈ ਜਾਂਦੀ ਇਸ ਕਰਕੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਇਸ ਮਸ਼ਹੂਰੀਆਂ ਦੇ ਯੁੱਗ ਵਿੱਚ ਆਪਣੇ ਉਹਨੂੰ ਕਿਵੇਂ ਬਚਾਉਣਾ ਇਹ ਤੁਹਾਡੀ ਸਮਝ ਤੇ ਡਿਪੈਂਡ ਕਰਦਾ ਉਰੇ ਸਿਹਰੀ ਅਸੀਂ ਇਸ ਚੈਨਲ ਦਾ ਹੀ ਅਲੱਗ-ਅਲੱਗ ਟੌਪਿਕ ਉੱਤੇ ਵੀਡੀਓ ਬਣਾ ਕੇ ਤੁਹਾਨੂੰ ਅਪਡੇਟ ਤੁਹਾਨੂੰ ਸਿਆਣੇ ਕਰਨ ਦੀ ਕੋਸ਼ਿਸ਼ ਕਰਦੇ ਰਹੀਦਾ ਜਨਵਰੀ 2023 ਦਾ ਇਨਟੇਕ ਬੜਾ ਕ੍ਰੂਸ਼ਲ ਇਨਟੇਕ ਯੂਕੇ ਜਾਵਲੇ ਬੱਚਿਆਂ ਦੇ ਲਈ ਕਿਉਂ ਇਨ ਕ੍ਰੂਸ਼ਲ ਆ ਕਿਉਂਕਿ ਜਨਵਰੀ 2023 ਚੜ੍ਹਨ ਤੋਂ ਪਹਿਲਾਂ ਪਹਿਲਾਂ ਫਿਰ ਕੋਈ ਨਾ ਕੋਈ ਪੰਜਾਬ ਹਰਿਆਣਾ ਹਿਮਾਚਲ ਯਾਨਕਿ ਨਾਰਥ ਰੀਜਨ ਦੇ ਬੱਚੇ ਨੂੰ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲ ਜਾਣੀ ਹੈ ਬਹੁਤਿਆਂ ਲਈ ਉਹ ਖਬਰ ਦੁਖਦਾਇਕ ਹੋਏਗੀ ਤੇ ਕਈਆਂ ਲਈ ਸ਼ਾਇਦ ਸੁਖਦਾਇਕ ਹੋਏਗੀ ਆਵਲਾ ਸਮਾਂ ਦੱਸੇਗਾ ਅੱਜ ਹਲੇ ਮੈਂ ਕੁਝ ਕਹਿਣ ਤੋਂ ਗੁਰੇਜ਼ ਕਰਾਂਗਾ ਵਿਦਾਊਟ ਆਇਲਟਸ ਆਲਮੋਸਟ ਸਪੋਕ ਪੈ ਚੁੱਕਾ ਆਪਣੀ ਪਿਛਲੇ ਕਈ ਵੀਡੀਓ ਚ ਕਹਿ ਚੁੱਕੇ ਹਾਂ ਫਿਰ ਵੀ ਇੱਕੋ ਦੁੱਕਾ ਯੂਨੀਵਰਸਿਟੀ ਜੋ ਐਡਮਿਸ਼ਨ ਦਿੰਦੀ ਹੈ ਜਿੱਥੇ ਦਾਖਲੇ ਦੀ ਮਤਲਬ ਹੋਰ ਮਚੀ ਪਈ ਹੈ ਐਡਮਿਸ਼ਨ ਨਹੀਂ ਹੋ ਪਾਰੀਆਂ ਆਫਰ ਲੈਟਰ ਨਹੀਂ ਆ ਰਹੀਆਂ ਇਸ ਕਰਕੇ ਆਇਲਟਸ ਕਰਕੇ 6 ਬੈਂਡ ਲੈ ਕੇ ਅਪਲਾਈ ਕਰਿਓ ਮੈਂ ਗੱਲ ਕਰਾਂਗਾ ਉਹਨਾਂ ਬੱਚਿਆਂ ਦੀ ਜਿਹੜੇ 2018 ਪਾਸ ਆਊਟ ਆ 6 ਬੈਂਡ ওভারঅল ਜਾਂ ਪੀਟੀ ਚੋ ਘੱਟੋ ਘੱਟ 50 ਚ ওভারঅল 54 ਨੰਬਰ ਆ ਜਨਵਰੀ 2023 ਦਾ ਟਾਈਮ ਕੋ ਉਹਨਾਂ ਲਈ ਲਾਸਟ ਮੌਕਾ ਹੈ ਉਸ ਤੋਂ ਬਾਅਦ ਯੂਕੇ ਨਹੀਂ ਜਾ ਪੋਣਗੇ ਦੋਸਤੋ ਕੋਈ ਅੱਜ ਵੀ ਸਿਰਫ ਦੋ ਯੂਨੀਵਰਸਿਟੀਆਂ ਬਚੀਆਂ ਨੇ ਜੋ 2018 ਪਲੱਸ 2 ਪੜ੍ਹੇ ਬੱਚੇ ਨੂੰ ਦਾਖਲਾ ਦੇ ਰਹੀਆਂ ਨੇ ਬਾਕੀ ਸਾਰਿਆਂ ਨੇ ਪੰਜਾਬ ਦੇ ਬੱਚੇ ਲੈਣੇ ਮਨਾ ਕਰ ਦਿੱਤੇ ਨੇ 2019 ਪੜ੍ਹੇ ਹੋ 2020 ਪੜ੍ਹੇ ਹੋ 2021 2022 ਚ 12ਵੀਂ ਕੀਤੀ ਹੈ ਤੁਹਾਡੇ ਘਟੋ ਘਟ 55% ਤੋਂ ਉੱਪਰ ਨੰਬਰ ਆ ਤੁਸੀਂ ਓਵਰঅল 6 ਬੈਂਡ 5.5 ਦੀਚ ਦੇ ਨਾਲ ਜਾਂ ਫਿਰ ਪੀਟੀ ਚ ਓਵਰঅল 54 ਨੋਟ ਲੈਸ ਦਨ 50 ਨੰਬਰਾਂ ਦੇ ਨਾਲ ਜਾਂ ਯੂਕੇਵੀਆਰਸ ਵਿੱਚੋਂ ਕੇਵਲ 5.5 ਬੈਂਡ ਦੀਚ ਲੈ ਕੇ ਜਾਂ ਡੂ ਲੈਂਗੋ ਕਰਕੇ ਜਿੱਚੋਂ 100 ਨੰਬਰ ਚਾਹੀਦੇ ਨੇ 95 ਯੂਕੇ ਚ ਬੈਚਲਰ ਡਿਗਰੀ ਦਾਖਲਿਆ ਜਾ ਸਕਦਾ ਅਜ ਜੇ ਤੁਹਾਡੇ ਨੰਬਰ 60 70% ਤੋਂ ਉੱਪਰ ਹੈ ਯੂਨੀਵਰਸਿਟੀ ਤੁਹਾਨੂੰ 2 ਤੋਂ ਲੈ ਕੇ 4000 ਪਾਉਂਡ ਜਨਨ ਕਿ 2 ਲੱਖ ਤੋਂ ਲੈ ਕੇ 4 ਲੱਖ ਰੁਪਏ ਤੱਕ ਦੀ ਪੜ੍ਹਾਈ ਦੀ ਫੀਸ 'ਤੇ ਛੋਟ ਦੇ ਰਹੀਆਂ ਨੇ ਇਹੋ ਜਿਹਾ ਮੌਕਾ ਕੌਣ ਦੇਊਗਾ ਅੱਜ ਤੁਸੀਂ ਗ੍ਰੈਜੂਏਸ਼ਨ 2013 ਚ ਕੀਤੀ ਹੈ ਕਦੋਂ ਕੀਤੀ 2013 ਚ ਜਨਨ ਕਿ ਅੱਜ 10 ਸਾਲ ਹੋ ਚੁੱਕੇ ਗ੍ਰੈਜੂਏਸ਼ਨ ਕੀਤੀ ਨੂੰ ਤਾਂ ਵੀ ਯੂਨੀਵਰਸਿਟੀ ਤੁਹਾਨੂੰ ਮਾਸਟਰ ਡਿਗਰੀ 'ਚ ਦਾਖਲਾ ਦਿੰਦੀ ਹੈ ਆਲਸੋ ਬਿਨਾ ਦਾਖਲਾ ਦਿੰਦੀ ਹੈ ਜੇ ਤੁਹਾਡੇ 12ਵੀਂ ਚੋਂ ਅੰਗਰੇਜ਼ੀ ਚੋਂ 80% ਨੰਬਰ ਹੈ ਔਰ ਇੰਟਰਵਿਊ ਵੀ ਕੋਈ ਨਹੀਂ ਲੈਂਦੀ ਪਰ ਯੂਨੀਵਰਸਿਟੀ ਦਾ ਨਾਮ ਨਹੀਂ ਦੱਸਾਂਗਾ ਕਿਉਂਕਿ ਬਹੁਤ سارے ਕੰਸਲਟੈਂਟ ਭਰਾ ਵੀਡੀਓ ਦੇਖਦੇ ਆ ਤੇ ਖਲਾਰਾ ਪਾਉਣ ਲੱਗਾ ਟਾਈਮ ਨਹੀਂ ਲਾਉਂਦੀ ਜਨਤਾ ਆਪਣੀ ਪੰਜਾਬ ਦੀ yes অপਸ਼ਨ ਅਵੇਲੇਬਲ ਆ ਬਿਨਾ ਇੰਟਰਵਿਊ ਤੋਂ ਪੜਨ ਜਾਣਾ ਚਾਹੁੰਦੇ ਹੋ ਤਾਂ ਵੀ ਯੂਨੀਵਰਸਿਟੀ ਕੇਸ ਦੇਨ ਨੂੰ ਤਿਆਰ ਆ ਬਟ ਮੈਂ ਲਾਲਚ ਦੇ ਕੇ ਕਦੀ ਕੇਸ ਇਕੱਠਾ ਨਹੀਂ ਕਰਾਂਗਾ ਕਿ ਬਿਨਾ ਇੰਟਰਵਿਊ ਤੋਂ ਆਜੋ ਕਿਉਂਕਿ ਉੱਥੇ ਜਦੋਂ ਵੀਜ਼ਾ ਲੱਗਣਾ ਐਂਬੈਸੀ ਕਿਸੇ ਟਾਈਮ ਤੁਹਾਨੂੰ ਕਾਲ ਕਰਕੇ ਇੰਟਰਵਿਊ ਲੈ ਸਕਦੀ ਹੈ ਭਾਵੇਂ ਸਾਡੇ ਕਿਸੇ ਬੱਚੇ ਦੀ ਪਿਛਲੇ 6 ਮਹੀਨੇ 8 ਮਹੀਨੇ ਤੋਂ ਕੋਈ ਇੰਟਰਵਿਊ ਨਹੀਂ ਆਈ ਬਟ ਫਿਰ ਵੀ ਤੁਸੀਂ ਇੱਕ ਇੰਗਲਿਸ਼ ਸਪੀਕਿੰਗ ਕੰਟਰੀ ਚ ਪੜਨ ਜਾ ਰਹੇ ਹੋ ਇਸ ਚੀਜ਼ ਦਾ ਲਾਲਚ ਕਦੇ ਨਹੀਂ ਦਿੱਤਾ ਜਾਏਗਾ ਤੁਹਾਨੂੰ ਆਰਐਸ ਗੋਪਲ ਦੀ ਟੀਮ ਵੱਲੋਂ ਵੀ ਬਿਨਾਂ ਅਰਸਲ ਜੋ ਬਿਨਾਂ ਅੰਗਰੇਜ਼ੀ ਚਲਜੋ ਬਿਨਾਂ ਇੰਟਰਵਿਊ ਦੇ ਚਲਜੋ ਯੈਸ ਬਿਨਾਂ ਇੰਟਰਵਿਊ ਤੁਸੀਂ ਕੈਸ ਲੈ ਸਕਦੇ ਹੋ ਇੱਕ ਓਪਰਚ्युनिटी ਜ਼ਰੂਰ ਆ ਬਟ ਇਸ ਡਰ ਤੋਂ ਕਿ ਮੈਂ ਅੰਗਰੇਜ਼ੀ ਨਹੀਂ ਬੋਲ ਸਕਦਾ ਕਦੇ ਯੂਕੇ ਦਾ ਵੀਜ਼ਾ ਅਪਲਾਈ ਨਾ ਕਰਿਓ ਭੁੱਲ ਕੇ ਵੀ ਕਦੇ ਯੂਕੇ ਦੀ ਐਪਲੀਕੇਸ਼ਨ ਅਪਲਾਈ ਨਾ ਕਰਿਓ ਅਗਰ ਅੰਗਰੇਜ਼ੀ ਬੋਲਣ ਤੋਂ ਪੜਨ ਤੋਂ ਸੁਣਨ ਤੋਂ ਸਮਝਣ ਤੋਂ ਡਰਦਿਓ ਕਿਉਂਕਿ ਉੱਥੇ ਕੋਈ ਪੰਜਾਬੀ ਮੀਡੀਅਮ ਨਹੀਂ ਚੱਲਣਾ ਯੂਕੇ 'ਚ ਕੋਈ ਹਿੰਦੀ ਮੀਡੀਅਮ ਨਹੀਂ ਚੱਲਣਾ ਅੰਗਰੇਜ਼ੀ 'ਚ ਪੜਨਾ ਪੜਾ ਅੰਗਰੇਜ਼ੀ 'ਚ ਰਹਿਣਾ ਅੰਗਰੇਜ਼ੀ 'ਚ ਖਾਣਾ ਅੰਗਰੇਜ਼ੀ 'ਚ ਪੋਣਾ ਔਰ ਅੰਗਰੇਜ਼ੀ ਦੀ ਜੌਬ ਕਰਨੀ ਕੰਮ ਕਰਨੀ ਜੋ ਤੈਨੂੰ ਪਾਰਟ ਟਾਈਮ ਕੰਮ ਕਰਨ ਦੀ ਪਰਮਿਸ਼ਨ ਹੈ ਸੋ ਅੱਜ ਆਰਐਸ ਗੋਬਲ 100% ਠੋਕ ਵਜਾ ਕੇ ਦਾਵਾ ਕਰਦੀ ਹੈ ਸਾਡਾ ਸਕਸੈਸ ਰੇਟ ਹੈ 100% ਦੀ ਸਕਸੈਸ ਰੇਟ ਹੁਣ ਤੱਕ ਲੋਕਾਂ ਦੀ ਚ ਪੜਾਈ 'ਚ 2-4 ਸਾਲ ਦਾ ਗੈਪ ਹੈ ਬਟ ਆਲਸੋ 6 ਬੈਂਡ ਹੈ ਦਾਵਾ ਕਰਦਾ ਤੁਹਾਡੀ ਐਪਲੀਕੇਸ਼ਨ ਨੂੰ ਕੱਲੀ ਆਫਰ ਲੈਟਰ ਤੱਕ ਨਹੀਂ ਵੀਜ਼ੇ ਤੱਕ ਪਹੁੰਚਾਉਂਗਾ ਗ੍ਰੈਜੂਏਸ਼ਨ ਕੀਤੀ ਹੈ ਪੜਾਈ 'ਚ 8-10 ਸਾਲ ਦਾ ਗੈਪ ਹੈ ਆਲਸੋ 6 ਬੈਂਡ ਹੈ ਦਾਵਾ ਕਰਦਾ ਤੁਹਾਨੂੰ ਕੱਲਿਆਂ ਨਹੀਂ ਅਗਰ ਵਿਆਹ ਹੋ ਤੁਹਾਡੇ ਸਪਾਊਸ ਤੁਹਾਡੇ ਪਰਿਵਾਰ ਤੁਹਾਡੇ ਬੱਚਿਆਂ ਦੇ ਨਾਲ ਯੂਕੇ ਭੇਜਾਂਗਾ ਬਿਨਾਂ ਕਿਸੇ ਖੱਦਲਖਵਾਰੀ ਤੋਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਸਿਰਫ ਗੱਲਾਂ ਕਰਨੀਆਂ ਟੀਵੀ ਦੇ ਉੱਤੇ ਗੱਲਾਂ ਕਰਨੀਆਂ ਵੀਡੀਓ 'ਚ ਬੜਾ ਸੌਖਾ ਬੜਾ ਸੌਖਾ ਯਾਰ ਪਰ ਜਦੋਂ ਰਿਜ਼ਲਟ ਦਿਖਾਉਣੇ ਪੈਂਦੇ ਨੇ ਨਾ ਉਦੋਂ ਪਤਾ ਲੱਗਦਾ ਕਿਸ ਪਾ ਤੁਲਦੀ ਆ ਅੱਜ ਆਰਐਸ ਗੋਬਲ ਦੇ ਫੇਸਬੁਕ ਇੰਸਟਾਗ੍ਰਾਮ ਤੇ ਜਾ ਕੇ ਤੁਸੀਂ ਸਟੋਰੀਜ਼ ਵੇਖ ਸਕਦੇ ਹੋ ਬੱਚਿਆਂ ਦੇ ਸਾਰੇ ਜਿਹੜੇ ਟੈਸਟੀਮੋਨਿਅਲ ਦੇਖ ਸਕਦੇ ਹੋ ਸੋ ਇੱਕ ਲਾਸਟ ਕਾਲ ਸੀ ਉਹਨਾਂ ਬੱਚਿਆਂ ਦੀ ਜਿਹੜੇ 2018 ਪੜੇ ਨੇ ਜਾਂ 2019 ਪੜੇ ਨੇ ਕਿਉਂਕਿ 2023 ਚੜ੍ਹਨ ਤੋਂ ਪਹਿਲਾਂ ਪਹਿਲਾਂ ਯੂਕੇ ਨੇ ਫਿਰ ਕੋਈ ਨਾ ਕੋਈ ਨਵਾਂ ਸੱਪ ਛੱਡਣਾ ਛੱਡਣਾ ਯੂਕੇ ਨੇ ਫਿਰ ਕੋਈ ਨਾ ਕੋਈ ਨਵਾਂ ਨਵਾਂ ਤਮਾਕਾ ਕਰਨਾ ਹੀ ਕਰਨਾ ਹੈ ਉਹਨਾਂ ਬੱਚਿਆਂ ਦੀ ਜਿਹੜੇ ਪੰਜਾਬ ਹਰਿਆਣਾ ਹਿਮਾਚਲ ਇਹਨਾਂ ਬੋਰਡਸ ਤੋਂ ਪੜੇ ਨੇ ਇਸ ਦਾ ਕੇਸ ਸਮਾ ਨਿਕਲ ਗਿਆ ਤਾਂ ਫਿਰ ਪੱਲੇ ਕੁਛ ਨਹੀਂ ਪੈਣਾ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਇੱਕ ਕਹਾਵਤ ਆਮ ਅਸੀਂ ਪੰਜਾਬੀ ਮਤਲਬ ਬੋਲਦੇ ਵੀ ਹਾਂ ਸੁਣਦੇ ਵੀ ਹਾਂ ਪੜ੍ਹਦੇ ਵੀ ਹਾਂ ਸੋ ਇਸ ਕਹਾਵਤ ਨੂੰ ਅਗਰ ਅੱਜ ਪੱਲੇ ਬੰਨ ਲੀਏ ਸਮੇ ਸਿਰ ਫੈਸਲਾ ਲੈ ਲਾਂਗੇ ਤਾਂ ਵੇਲੇ ਇੱਕ ਵੇਲੇ ਕਿਸੇ ਮੰਜ਼ਲ ਤੇ ਪਹੁੰਚਾਂਗੇ ਅਗਰ ਅੱਜ ਸਹੀ ਸਮੇਂ ਤੇ ਫੈਸਲਾ ਨਹੀਂ ਲੈਂਦੇ ਬਾਅਦ ਚ ਪਛਤੋਨੇ ਆ ਕਾਸ਼ ਉਦੋਂ ਮੈਂ ਅੱਜ ਅਪਲਾਈ ਕੀਤਾ ਹੁੰਦਾ ਅੱਜ ਹੀ ਮੇਰੇ ਦਫ਼ਤਰ ਚ ਕਈ ਬੱਚੇ ਆਉਂਦੇ ਜਿਹੜੇ ਮਹੀਨਾ ਪਹਿਲਾਂ 2 ਮਹੀਨਾ ਪਹਿਲਾਂ ਸਲਾਹ ਲੈ ਕੇ ਗਏ ਨਹੀਂ ਸਾਡੀ ਸਲਾਹ ਚੰਗੀ ਲੱਗੀ ਜਾਂ ਸਾਡੀ ਕਿਸ ਨੂੰ ਫੀਸ ਜ਼ਿਆਦਾ ਲੱਗੀ ਜਾਂ ਕਿਸ ਨੇ ਕਿਹਾ ਜੀ ਮੈਂ ਤਾਂ ਰਾਹੀ ਨੂੰ ਮਿਲਣਾ ਤੇ ਮੈਂ ਨਹੀਂ ਦਫ਼ਤਰ ਮਿਲਿਆ ਮੇਰੀ ਟੀਮ ਤੋਂ ਨਹੀਂ ਖੁਸ਼ ਹੋਇਆ ਉਹ ਬੱਚੇ ਨੇ ਕਿਸੇ ਹੋਰ ਕੰਸਲਟੈਂਟ ਤੋਂ ਅਪਲਾਈ ਕਰਕੇ ਅੱਜ ਰਿਫਿਊਜ਼ਰ ਪੱਲੇ ਲਵਾ ਲਈ ਅੱਜ ਫਿਰ 2 ਮਹੀਨੇ ਬਾਅਦ ਸਾਡੇ ਕੋਲ ਆਇਆ ਸੋ ਇਸ ਜ਼ਰੂਰੀ ਨਿਕਾ ਕਿ ਮੈਂ ਹਰ ਇੱਕ ਦਫ਼ਤਰ ਚ ਅਵੇਲੇਬਲ ਹਾਂ ਉੱਥੇ ਮੇਰੇ ਵੱਲੋਂ ਟ੍ਰੇਨਡ ਕੀਤੀ ਮੇਰੀ ਟੀਮ ਵੀਜ਼ਾ ਕਾਉਂਸਲਰਜ਼ ਵੀਜ਼ਾ ਮੈਨੇਜਰਜ਼ ਅਵੇਲੇਬਲ ਆ ਤੁਸੀਂ ਉਹਨਾਂ ਨੂੰ ਮਿਲ ਕੇ ਵੀ ਆਪਣੀ ਸਲਾਹ ਮਸ਼ਵਰਾ ਆਪਣੇ ਫਿਕਸਬੰਦੀ ਲੈ ਸਕਦੇ ਹੋ ਸਟਿਲ ਉੱਥੇ ਬੈਠੇ ਬੱਠੇ ਨਹੀਂ ਸੈਟੀਸਫੈਕਸ਼ਨ ਹੁੰਦੀ ਹਰ ਇੱਕ ਆਫਿਸ ਦੇ ਵਿੱਚ ਵੀਡੀਓ ਕਾਨਫਰੈਂਸ ਦੀ ਫੈਸਿਲਿਟੀ ਅਵੇਲੇਬਲ ਆ ਤੁਸੀਂ ਵੀਡੀਓ ਕਾਲ ਦੇ ਰਾਹੀਂ ਮੇਰੇ ਨਾਲ ਆਪਣਾ ਸਲਾਹ ਮਸ਼ਵਰਾ ਲੈ ਸਕਦੇ ਹੋ ਬਾਕੀ ਲਗ-ਲਗ ਦਿਨਾਂ ਚ ਮੈਂ ਲਗ-ਲਗ ਆਫਿਸ ਅਵੇਲੇਬਲ ਜ਼ਰੂਰ ਹੁਣਾ ਪਰ ਫਿਰ ਵੀ ਚਾਰ ਦਫ਼ਤਰ ਨੇ ਚਾਰੇ ਦਫ਼ਤਰਾਂ ਚ ਚਾਰ ਇੱਕੋ ਦਿਨ ਬੈਠਣਾ ਮੇਰੇ ਲਈ ਪੋਸੀਬ ਯੂਕੇ ਪੜਨਾ ਚਾਹੁੰਦੇ ਹੋ ਕੱਲਿਆਂ ਜਾਣਾ ਚਾਹੁੰਦੇ ਹੋ ਜਾਂ ਸਪਾਊਸ ਨਾਲ ਜਾਣਾ ਚਾਹੁੰਦੇ ਹੋ ਸਮਾਂ ਰਹਿੰਦੇ ਅਪਲਾਈ ਕਰ ਲਓ ਬਿਨਾ ਇਸ ਤੋਂ ਪਹਿਲਾਂ ਕਿ ਤੁਹਾਡਾ ਕਾਨੂੰਨ ਬਦਲ ਜੇ ਉਸ ਤੋਂ ਬਿਲਾ ਕਿ ਪੰਜਾਬ ਦੇ ਬੱਚੇ ਬੈਨ ਕਰ ਦੇਣ ਯੂਨੀਵਰਸਿਟੀਆਂ ਇਸ ਤੋਂ ਬਿਲਾ ਕਿ ਯੂਨੀਵਰਸਿਟੀ ਆਪਣਾ ਐਡਮਿਸ਼ਨ ਕਰਾਈਟੇਰੀਆ ਚੇਂਜ ਕਰ ਲੈਣ ਔਰ ਸਮੇਂ ਸਿਰ ਅਪਲਾਈ ਕਰੋਗੇ ਤਾਂ ਕਿਤੇ ਕਿਤੇ ਮੰਜ਼ਿਲ ਜੂਰ ਪਹੁੰਚੋਗੇ ਸੋ ਇੱਕ ਮੈਸੇਜ ਇੱਕ ਕਾਲ ਇੱਕ ਨਿਯੋਤਾ ਇੱਕ ਇਨਵਿਟੇਸ਼ਨ ਉਹਨਾਂ ਬੱਚਿਆਂ ਦੇ ਲਈ ਜਿਹੜੇ 12ਵੀਂ 2018 ਪੜ੍ਹੇ ਨੇ ਜਾਂ 19 ਪੜ੍ਹੇ ਨੇ ਓਵਰঅল 52 ਤੋਂ 60 ਪਰਸੈਂਟ ਨੰਬਰ 6 ਬੈਂਡ ਆਲਸ ਓਵਰਰ 5.5 ਦੇ ਵਿੱਚ ਜਾਂ ਗ੍ਰੈਜੂਏਸ਼ਨ ਕੀਤੀ 2013 ਜਾਂ 14 ਦੇ ਵਿੱਚ ਆਇਲਸ ওভারঅল 6 ਬੈਂਡ 5.5 ਦੇ ਵਿੱਚ ਆ ਜਾਂ ਫਿਰ ਅੰਗਰੇਜ਼ੀ 80% ਨੰਬਰ ਅੱਜ ਵੀ ਗ੍ਰੈਜੂਏਟ ਬੱਚੇ ਨੂੰ ਮਾਸਟਰਸ ਪੜਨ ਜਾਣ ਲਈ ਆਇਲਸ ਲਈ ਕਈ ਯੂਨੀਵਰਸਿਟੀਆਂ ਆਇਲਸ ਵੇਵ ਆਫ ਕਰਦੀਆਂ ਨੇ ਯਾਨੀ ਕਿ ਬਿਨਾਂ ਆਇਲਸ ਡਮਿਸ਼ਨ ਦੇ ਰਹੀਆਂ ਨੇ ਇੱਕ ਨਵੀਂ ਵੀਡੀਓ ਲੈ ਕੇ ਨਵੇਂ ਟੌਪਿਕ ਤੇ ਫਿਰ ਤੁਹਾਡੇ ਰੂਬਰੂ ਹਾਜ਼ਰ ਹੋਊਗਾ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਆਪਣੇ ਫੀਡਬੈਕ ਜੂਰ ਕਮੈਂਟ ਨੂੰ ਸਾਡੇ ਤੱਕ ਪਹੁੰਚਦੇ ਕਰਿਓ ਹੁਣ ਆਪਣੇ ਸੁਖਸ਼ਾਂ ਰਹੀਆਂ ਦੇ ਆ ਗਿਆ ਜਿਉਂਦੇ ਵਾਸਤੇ ਰੱਬ ਰੱਖਾ ਸਤਿ ਸ਼੍ਰੀ ਅਕਾਲ